ਜਿਹੜੀ ਇੱਕ ਤਰੀਕ ਦੀ ਡਿਬੇਟ ਸੀ ਉਹਦੇ ਉੱਤੇ ਵਿਵਾਦ ਜਿਹੜਾ ਆ ਉਹ ਹਲੇ ਵੀ ਜਿਹੜਾ ਟਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਲੇਕਿਨ ਹੁਣ ਇੱਕ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਰਾਜਪਾਲ ਜਿਹੜੇ ਨੇ ਬਨਵਾਰੀ لال ਪੁਰੀਹ ਜੀ ਨੂੰ ਉੱਥੇ ਕਿਹਾ ਗਿਆ ਆ ਕਿ ਜਿਹੜੀ ਉਸ ਵਕਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਯੂਜ਼ ਕੀਤਾ ਗਿਆ ਔਰ ਜਿਹੜੇ ਉਥੇ ਬਣਾਏ ਗਏ ਸੀ ਨਿਰਮਲ ਜੋੜਾ ਜੀ ਨੇ ਉਹਨਾਂ ਨੂੰ ਉਥੋਂ ਦੀ ਜਿਹੜਾ ਸਸਪੈਂਡ ਕੀਤਾ ਹੈ ਇਸੇ ਸਾਡੇ ਨਾਲ ਸੀਨੀਅਰ ਸਪੋਕਸਪਰਸਨ ਜਿਹਨੇ ਚੀਫ ਸਪੋਕਸਪਰਸਨ ਆਮ ਆਦਮੀ ਪਾਰਟੀ ਮਲਵਿੰਦਰ ਕਾਂਗ ਜੀ ਮੌਜੂਦ ਨੇ ਕਾਂਗ ਸਾਹਿਬ ਚਿੱਠੀ ਲਿਖੀ ਗਈ ਹੈ ਗਵਰਨਰ ਸਾਹਿਬ ਨੂੰ ਕਹਿੰਦੇ ਕਿ ਜਿਹੜੇ ਉਹ ਨਿਰਮਲ ਜੋੜਾ ਜੀ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਤੋਂ ਉਹਨਾਂ ਨੂੰ ਤੁਸੀਂ ਸਰਕਾਰੀ ਈਵੈਂਟ ਦੇ ਵਿੱਚ ਕਿਵੇਂ ਲੈ ਸਕਦੇ ਸਿਆਸੀ ਪ੍ਰੋਗਰਾਮ ਦੇ ਵਿੱਚ ਕੀ ਡਰਾਮੇ ਕਰ ਰਿਹਾ ਜੀ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਗਵਰਨਰ ਵੀ sire ਦਾ ਜੋ ਉਹਦਾ ਆਈਟਿਟਿਊਡ ਕਿਸ ਤਰੀਕੇ ਨਾਲ ਉਹ ਸਿਰਫ ਤੇ ਸਿਰਫ ਪੰਜਾਬ ਸਰਕਾਰ ਨੂੰ ਖਰਾਬ ਕਰਦਾ ਇਹ ਸਾਰੇ ਉਹ ਮਿਲੇ ਹੋਏ ਆ ਪੰਜਾਬ ਸਰਕਾਰ ਨੇ ਜੋ ਡਿਊ ਪ੍ਰੋਸੈਸਸ ਦੇ ਹਿਸਾਬ ਨਹੀਂ ਕਰਾਇਆ ਸਰ ਜੀ ਸੋ ਤਾਂ ਇੱਕ ਪਾਸੇ ਇਹ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਵੀਡੀਓ ਬਿਆਨ ਜਾਰੀ ਕੀਤਾ ਔਰ ਜਿਹੜੀ ਗੱਲਾਂ ਕਹੀਆਂ ਗਈਆਂ ਸੀਗੀਆਂ ਬਾਲਾਸਰ ਜਿਹੜੀ ਉਹਨਾਂ ਦੇ ਰਿਜ਼ੋਰਟ ਹੈ ਉਹਨਾਂ ਦਾ ਲੈਂਡ ਹੈਗੀ ਉਹਦੇ ਬਾਰੇ ਉਹਨਾਂ ਨੇ ਕਿ ਕਹਿੰਦੇ ਕਿ ਪੰਜਾਬ ਸਰਕਾਰ ਦੇ ਕੋਲ ਆਂਕੜੇ ਨਹੀਂ ਆ ਬਿਨਾ ਦੇਖੇ ਕੁਝ ਵੀ ਕਹਿ ਦਿੰਦੇ ਨੇ ਕਹਿੰਦੇ ਦਸਤਾਵੇਜ਼ ਨਹੀਂ ਯੂਜ਼ ਕੀਤੇ ਜਾਂਦੇ ਕੋਈ ਡਾਕੂਮੈਂਟਸ ਨਹੀਂ ਕੱਢੇ ਜਾਂਦੇ ਕੀ ਇਹਦੇ ਉੱਤੇ ਤੁਹਾਡੇ ਕੋਲ ਡਾਕੂਮੈਂਟਸ ਹੈਗੇ ਨੇ ਕੀ ਪੰਜਾਬ ਸਰਕਾਰ ਦੇ ਕੋਲ ਪੂਰੀ ਡੀਟੇਲਸ ਹੈਗੀਆਂ ਨੇ ਕਿ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਉਹਨਾਂ ਤੇ ਪੰਜਾਬ ਚੋ ਪਾਣੀ ਜਿਹੜਾ ਜਾ ਰਿਹਾ ਉਹ ਸਾਡੇ ਟਾਈਮ ਥੋੜੀ ਜਿਹਾ ਆ ਉਹ ਤੇ 30 40 ਸਾਲ ਤੋਂ ਜਾ ਰਿਹਾ ਉਦੋਂ ਕਿਹਦੀ ਸਰਕਾਰ ਸੀ ਕਾਲੀ ਦਲ ਭਾਜਪਾ ਦੀ ਸੀ ਜਾਂ ਕਾਂਗਰਸ ਦੀਆਂ ਸੀ ਸਾਰੀਆਂ ਚਿੱਠੀਆਂ ਬਾਦਲ ਸਾਹਿਬ ਦੀ ਚਿੱਠੀ ਮੈਂ ਰੱਖਤੀ ਹੈ ਕਿ ਪਾ ਪੈਸੇ ਦੀ ਡਿਮਾਂਡ ਕੀਤੀ 1970 ਤੋਂ ਲੈ ਕੇ 80 ਤੱਕ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਆ ਫਿਰ ਇਹਨਾਂ ਨੇ ਪਾਖੜਾ ਮੇਨ ਲਾਈਨ ਜਿਹੜੀ ਆ ਉਹਨੂੰ ਰਿਪੇਅਰ ਕੀਤਾ ਕਿ ਪਾਣੀ ਦਾ ਫਲੋ ਵੱਧ ਤੋਂ ਵੱਧ ਹਰਿਆਣੇ ਜਾਵੇ 201998 ਚ ਫਿਰ ਉਸ ਤੋਂ ਬਾਅਦ ਇਹਨਾਂ ਨੇ ਰਾਜਨੀਤੀ ਕੀਤੀ ਸੈਕਸ਼ਨ 5 ਵਾਟਰ ਟਰਮੀਨੇਸ਼ਨ ਦੇ ਉੱਤੇ ਕਿ ਉਹਨੂੰ ਖਤਮ ਕਰਾਂਗੇ 10 ਸਾਲ ਸਰਕਾਰ ਚ ਰਹਿ ਖਤਮ ਨਹੀਂ ਕੀਤਾ ਕਿਉਂਕਿ ਪਾਣੀ ਇਹ ਬੰਦ ਕਰਨਾ ਨਹੀਂ ਚਾਹੁੰਦੇ ਇਹਨਾਂ ਦੇ ਆਪਣੇ ਉੱਥੇ ਫਾਰਮ ਹਾਊਸ ਹੈ ਉਹਨਾਂ ਦੇ ਆਪਣੇ ਨਿੱਜੀ ਹਿੱਤ ਹੈ ਇਹਨਾਂ ਨੇ ਪੰਜਾਬ ਦੇ ਹਿੱਤ ਵੇਚੇ ਆ ਜਦੋਂ ਜਦੋਂ ਸੱਤਾ ਚਾਏ ਸਰ ਡਿਫਰਮੇਸ਼ਨ ਡਾਕੂਮੈਂਟ ਅਸੀਂ ਰੱਖਤੇ ਅੱਜ ਆ ਪੰਜਾਬ ਸਰਕਾਰ ਦੀ ਚਿੱਠੀ ਆ ਸੁਪਰੀਮ ਕੋਰਟ ਦੇ ਜੱਜਮੈਂਟ ਦਾ ਮੈਂ ਹਵਾਲਾ ਦਿੰਦਾ ਜਿਹਦੇ ਚ ਸ਼ਰਿਆਂ ਕਿਹਾ ਜਾ ਰਿਹਾ ਵੀ ਪੰਜਾਬ ਸਰਕਾਰ ਨੇ ਇੰਨਾ ਕਰੋੜ ਸਾਡੇ ਕੋਲ ਲਿਆ ਸੀ ਇੰਨੀ ਤਰੀਕ ਨੂੰ ਲਿਆ ਸੀ ਤੇ ਇਸ ਐਸਵਾਈਐਲ ਕਨਾਲ ਜਿਹੜੀ ਹੈ ਬਣਾ ਨਹੀਂ ਰਹੀ ਤੇ ਐਸਵਾਈਐਲ ਕਨਾਲ ਤੇ ਸੁਭਾਵਿਕ ਹੈ ਜਿਹੜਾ ਪਾਣੀ ਆਲਰੇਡੀ ਜਾ ਰਿਹਾ ਹੈ ਪਹਿਲਾਂ ਤੇ ਉਹ ਦੱਸੋ ਕਿਹਦੇ ਕਰਕੇ ਜਾ ਰਿਹਾ ਹੁਣ ਤੇ ਸਾਰਿਆਂ ਨੂੰ ਪਤਾ ਐਸਵਾਈਐਲ ਬਣਨੀ ਨਹੀਂਗੀ ਹਮਮ ਸਰ ਜਿਸ ਵਕਤ ਇਦਾਂ ਦੀ ਗੱਲ ਹੁੰਦੀ ਡਿਫਾਰਮੇਸ਼ਨ ਪਾਣ ਦੀ ਧਮਕੀ ਦੇ ਦਿੱਤੀ ਕਹਿੰਦੇ ਦਸਾਂ ਦਿਨਾਂ ਚ ਡਿਫਾਰਮੇਸ਼ਨ ਵੀ ਕਰ ਦੂੰਗਾ ਮੈਂ ਤੁਹਾਡੇ ਉੱਤੇ ਹੋ ਕੀ ਕੰਦੇ ਹੁੰਦਿਆ ਦਿਲ ਬਹਿਲਾਣੇ ਕੇ ਲਈ ਗਾਲਿਬ ਖਿਆਲ ਅੱਛਾ ਹੈ ਸੁਖਵੀਰ ਬਾਦਲ ਜੀ ਨੂੰ ਆਪ ਤਿੰਨ ਦਿਨ ਬਾਅਦ ਪਤਾ ਲੱਗਿਆ ਵੀ ਸਾਡਾ ਇੱਕ ਰਜਿਸਟਰੀ ਵੀ ਹੈਗੀ ਆ ਉੱਥੋਂ ਦੇ ਪਲਾਟ ਦੀ ਅਸੀਂ ਤਾਂ ਤਿੰਨ ਦਿਨ ਪਹਿਲਾਂ ਹੀ ਕਹਿ ਦਿੱਤਾ ਸੀ ਗੁਰਗਾਵਾਂ ਚ ਇਹਨਾਂ ਨੇ ਪਲਾਟ ਲਿਆ ਦੇਵੀ ਲਾਲ ਤੋਂ ਹੁਣ ਸਾਬਿਤ ਹੋ ਗਿਆ ਆਪ ਹੀ ਮੰਨ ਗਏ ਵੀ ਹਾਂ 89 ਚ ਲਿਆਇਆ ਸੀ ਤੇ ਉਹ ਫਿਰ ਪਤਾ ਲੱਗ ਹੀ ਰਿਹਾ 89 79 ਚ ਤੁਸੀਂ ਪੈਸੇ ਲੈ ਰਹੇ ਹੋ ਇਸ ਫਾਈਲ ਬਣਾਉਣ ਦੇ 78 ਚ ਤੁਸੀਂ ਡਿਮਾਂਡ ਕਰ ਰਹੇ ਹੋ ਤੇ 89 ਚ ਪਲਾਟ ਲੈ ਰਹੇ ਹੋ ਤਾਂ ਸੁਭਾਵਿਕ ਪਤਾ ਹੀ ਆ ਵੀ ਪੰਜਾਬ ਦੇ ਹਿੱਤ ਵਿੱਚ ਤੇ ਆਪਣੇ ਫਾਇਦੇ ਕਿਲੇ ਸਰ ਆਖਰੀ ਸਵਾਲ ਪੁੱਛੂੰਗੀ ਕਿ ਅੱਜ ਵੀ ਸਟੈਂਡ ਜਿਹੜਾ ਆ ਉਹ ਕਲੀਅਰ ਐ ਐਸਵਾਈਐਲ ਤੇ ਕਿ ਐਸਵਾਈਐਲ ਦੀ ਜਿਹੜੀ ਇਨਵੈਸਟੀਗੇਸ਼ਨ ਐ ਜਿਹੜੀ ਟੀਮ ਪਹੁੰਚ ਗਈ ਤੇ ਸਰਵੇ ਵਾਲੀ ਉਹ ਟੀਮ ਨਹੀਂ ਹੋ ਉੱਥੇ ਸਰਵੇ ਨਹੀਂ ਹੋ ਦਿੱਤਾ ਜਾਏਗਾ ਸਰਵੇ ਪਤਾ ਨਹੀਂ ਐਸਵਾਈਐਲ ਟੀਮ ਕਿਹੜੀ ਆ ਰਹੀ ਐ ਕਾਲੀਦਲ ਬਾਦਲ ਨੂੰ ਹੀ ਪਤਾ ਹੈ ਪਹਿਲਾਂ ਤਾਂ ਕਹਿੰਦੇ ਇੱਕ ਤਰੀਕ ਨੂੰ ਆ ਰਹੀ ਐ ਤੇ ਇਹਨਾਂ ਨੂੰ ਪੁੱਛੋ ਵੀ ਇੱਕ ਤਰੀਕ ਨੂੰ ਆਈ ਤੇ ਹੈ ਨਹੀਂ ਕਿੱਥੇ ਗਈ ਟੀਮ ਉਹ ਪੰਜਾਬ ਸਰਕਾਰ ਨੇ ਸਪਸ਼ਟ ਕਿਹਾ ਨਾ ਪਾਣੀ ਐ ਸਾਡੇ ਕੋ ਨਾ ਸਾਡੇ ਕੋ ਜ਼ਮੀਨ ਐ ਨਾ ਪੰਜਾਬ ਕੋ ਆਲਰੇਡੀ ਪਾਣੀ ਪੰਜਾਬ ਦੇ ਨਾਲ ਤੱਕਾ ਹੋਇਆ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਗੱਲ ਕਰਨ ਦੇ ਲਈ ਮਲਵਿੰਦਰ ਕਾਂਗ ਜਿਹੜੇ ਨੇ ਚੀਫ ਸਪੋਕਸਪਰਸ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਗੱਲ ਕਰ ਰਹੇ ਸਨ ਔਰ ਉਹਨਾਂ ਨੇ ਸਿੱਧੇ ਤੌਰ ਤੇ ਜਿਹੜਾ ਹੈ ਆਪਣਾ ਪੱਖ ਪੂਰਨ ਤੌਰ ਤੇ ਰੱਖਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਅੱਜ ਦਸਤਾਵੇਜ਼ ਲੈ ਕੇ ਪੂਰੇ ਪਹੁੰਚੀ ਸੀ ਕਿ ਕਿਹਦੀ ਜ਼ਮੀਨ ਕਿੱਧਰ ਹੈ ਔਰ ਕਿਸ ਤਰੀਕੇ ਦੇ ਨਾਲ ਪਾਣੀ ਕਿਨੂੰ ਦਿੱਤਾ ਜਾ ਰਿਹਾ ਔਰ ਕਿਨੂੰ ਨਹੀਂ ਦਿੱਤਾ ਜਾ ਰਿਹਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨੋ ਡਾਊਟ ਇਸ ਵਕਤ ਵਿਵਾਦ ਵੱਡਾ ਹੈ ਕਿਤੇ ਅਕਾਲੀ ਦਲ ਦੇ ਵੱਲੋਂ ਸਵਾਲ ਚੱਕੇ ਜਾਂਦੇ ਨੇ ਜਵਾਬ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤਾ ਜਾਂਦਾ ਹੈ ਪੰਜਾਬ ਸਰਕਾਰ ਦੇ ਵੱ ਕਿਤੇ ਕਾਂਗਰਸੇਵਲ ਉੱਚਕੇ ਜਾਂਦੇ ਨੇ ਲੇਕਿਨ ਇਸ ਵਕਤ ਪੰਜਾਬ ਦੇ ਮੁੱਦਿਆਂ ਦੇ ਵਿੱਚ S Y L ਹਾਲੇ ਵੀ ਵੱਡਾ ਮੁੱਦਾ ਹੈ ਹਾਲੇ ਵੀ ਉਹਦੇ ਉੱਤੇ ਬਹੁਤ ਸਾਰੇ ਸਵਾਲ ਲੋਕਾਂ ਦੇ ਬਣੇ ਹੋਏ ਨੇ ਕਿ ਕੀ ਹੋਏਗਾ S Y L ਦਾ ਕੀ ਕੋਈ ਟੀਮ ਆ ਰਹੀ ਹੈ ਕਿ ਨਹੀਂ ਆ ਰਹੀ ਲੇਕਿਨ ਜਿਸ ਤਰੀਕੇ ਦੇ ਨਾਲ ਹੁਣੇ ਮਲਵਿੰਦਰ ਕਾਂਗ ਨਾਲ ਗੱਲ ਕਰ ਰਹੇ ਸੋ ਉਹਨਾਂ ਨੇ ਕੀ ਕਹਿੰਦੇ ਕਿ ਸਾਨੂੰ ਤਾਂ ਪਤਾ ਨਹੀਂ ਕਿਹੜੀ ਕੋਈ ਟੀਮ ਆ ਰਹੀ ਹੈ ਕਹਿੰਦੇ ਟੀਮਾਂ ਦਾ ਸਾਨੂੰ ਪਤਾ ਨਹੀਂ ਲੇਕਿਨ ਪੰਜਾਬ ਦਾ ਪਾਣੀ ਇੱਕ ਬੂੰਦ ਵੀ ਕਿਸੇ ਵੱਲ ਨਹੀਂ ਜਾਣ ਦਿੱਤਾ ਜਾਏਗਾ ਪੰਜਾਬ ਦਾ ਪਾਣੀ ਪੰਜਾਬ 'ਚ ਰਹੇਗਾ ਪੰਜਾਬ ਦੇ ਲੋਕਾਂ ਦੇ ਲਈ ਰਹੇਗਾ ਹੋਰ ਕਿਤੇ ਵੀ ਜ ਪੰਜਾਬ ਦਾ ਪਾਣੀ ਨਹੀਂ ਜਾਣ ਦਿੱਤਾ ਜਾਏਗਾ ਲੇਕਿਨ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਔਰ ਕਿਸ ਤਰੀਕੇ ਦੇ ਫੇਰ ਬਦਲ ਦੇਖਣ ਨੂੰ ਮਿਲਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਪੰਜਾਬ ਦੇ ਪਾਣੀਆਂ ਦੇ ਵਿੱਚ ਕਿਉਂਕਿ ਪੰਜਾਬ ਨੂੰ ਪਾਣੀਆਂ ਦੀ ਲੜਾਈ ਬਹੁਤ ਲੰਮੇ ਸਮੇਂ ਤੋਂ ਲੜਨੀ ਪੈ ਰਹੀ ਹੈ ਔਰ ਇਹ ਲੜਾਈ ਕਦ ਤੱਕ ਚੱਲੇਗੀ ਕਿੰਨਾ ਚਿਰ ਲੜਨੀ ਪੈਗੀ ਇਹ ਹਜੇ ਇੱਕ ਬਹੁਤ ਵੱਡਾ ਇੱਕ ਸਵਾਲ ਹੈ ਔਰ ਲੋਕ ਇਸ ਵਕਤ ਉਹਦਾ ਜਵਾਬ ਜਾਣਨਾ ਚਾਹੁੰਦੇ ਨੇ 노 ਡਾਊਟ ਮੁੱਖ ਮੰਤਰੀ ਪੰਜਾਬ ਨੇ ਇੱਕ ਸਭ ਤੋਂ ਵੱਡੀ ਪਹਿਲ ਕਦਮੀ ਕੀਤੀ ਉਹਨਾਂ ਨੇ ਡਿਬੇਟ ਦੇ ਲਈ ਸੱਦਾ ਪੱਤਰ ਦਿੱਤਾ ਸੱਦਾ ਭੇਜਿਆ ਸਾਰਿਆਂ ਨੂੰ ਖੁੱਲਾ ਸੱਦਾ ਟਵਿੱਟਰ ਤੇ ਭੇਜਿਆ ਕਿ ਅਗਰ ਟਵਿੱਟਰ ਤੇ ਟਵੀਟੋ ਟਵੀਟ ਹੋਇਆ ਜਾ ਸਕਦਾ ਹੈ ਟਵਿੱਟਰ ਤੇ ਸਵਾਲ ਜਵਾਬ ਕੀਤੇ ਜਾ ਸਕਦੇ ਨੇ ਤੇ ਫਿਰ ਟਵੀਟ ਤੇ ਟਵਿੱਟਰ ਤੇ ਪੜ੍ਹ ਕੇ ਫਿਰ ਸੱਦੇ ਤੇ ਜਾਇਆ ਵੀ ਜਾ ਸਕਦਾ ਸੀ ਲੇਕਿਨ ਲੋਕ ਪਹਿਲਾਂ ਇੱਕ ਤਰੀਕ ਦੀ ਉਡੀਕ ਤੇ ਸੀ ਹੁਣ ਲੋਕ ਅੱਗੇ ਦੀ ਉਡੀਕ ਤੇ ਹੈ ਕਿ ਅੱਗੇ ਕੀ ਬਣੇਗਾ ਕੀ ਪੰਜਾਬ ਦੇ ਪਾਣੀਆਂ ਨੂੰ ਰੋਕਿਆ ਜਾ ਸਕੇਗਾ ਕੀ ਸੁਪਰੀਮ ਕੋਰਟ ਦੇ ਜਿਹੜੇ ਨਿਰਦੇਸ਼ ਨੇ ਉਹਨਾਂ ਦੇ ਉੱਤੇ ਕੀ ਕੀਤਾ ਜਾਏਗਾ ਇਹ ਸਾਰੀਆਂ ਚੀਜ਼ਾਂ ਸਮੇਂ ਨਾਲ ਪਤਾ ਲੱਗਣਗੀਆਂ ਲੇਕਿਨ ਹਰ ਪਾਰਟੀ ਵਕੋਵਾ ਖਟੰਗ ਦੇ ਨਾਲ ਇਹ ਜ਼ਰੂਰ ਕਹਿ ਰਹੀ ਹੈ ਕਿ ਅਸੀਂ ਪੰਜਾਬ ਦਾ ਪਾਣੀ ਕਿਤੇ ਨਹੀਂ ਜਾਣ ਦਵਾਂਗੇ ਪੰਜਾਬ ਦਾ ਪਾਣੀ ਪੰਜਾਬ 'ਚ ਰਹੇਗਾ ਹੁਣ ਜਿਸ ਵਕਤ ਟੀਮਾਂ ਆndੀਆਂ ਨੇ ਇਹ ਦੇਖਣਾ ਹੋਏਗਾ ਕਿ ਉਹਨਾਂ ਦਾ ਵਿਰੋਧ ਹੁੰਦਾ ਹੈ ਕਿ ਉਹਨਾਂ ਦੇ ਲਈ ਜਿਹੜਾ ਆ ਖੜਿਆ ਜਾਂਦਾ ਹੈ ਜਾਂ ਕਿੰਨੇ ਕੁ ਇਕਜੁੱਟ ਹੋ ਕੇ ਸਾਰੀਆਂ ਸਿਆਸੀ ਪਾਰਟੀਆਂ ਸਾਹਮਣੇ ਆndੀਆਂ ਨੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੁਜਾ ਸ਼ਰਮਾ ਤੁਸੀਂ ਦੇਖਦੇ ਹੋ ਗਲੋਬਲ ਪੰਜਾਬ ਟੀਵੀ